ਅਸੀਂ ਪਹੁੰਚ ਗਏ ਸੀਗੇ ਜੋਜੀਲਾ ਟੋਪ, ਜੋ ਕਿ ਸੋਨਮਾਰਗ ਤੋਂ ਥੋੜ੍ਹਾ ਜਿਹਾ ਪਿੱਛੇ ਆ। ਦੇਖੋ ਇੱਧਰ, ਆਈ ਲਵ ਜੋਜੀਲਾ, ਅਤੇ ਇੱਧਰ ਦੇਖੋ ਬਰਫ ਦੀ, ਪੂਰੀ ਪਹਾੜਾਂ ਦੇ ਵਿੱਚ ਬਰਫ ਦੇਖੋ। ਆ ਪੂਰੇ ਅੱਗੇ ਤਾਂ ਤੈਨੂੰ ਦਿਖਾ ਨਹੀਂ ਸਕਦੇ, ਕਿਉਂਕਿ ਆ ਦੇਖੋ ਅੱਜ ਫਿਰ ਪੈਰਾਂ ਕੱਪੜਿਆਂ ਦਾ ਬੁਰਾ ਹਾਲ ਆ। ਇੱਥੇ ਬਹੁਤ ਜ਼ਿਆਦਾ ਬਰਫ ਸੀਗੀ ਇਸ ਕਰਕੇ, ਅਤੇ ਪਾਣੀ ਹੋਣ ਕਰਕੇ ਅਸੀਂ ਕੁਛ ਵੀ ਨਹੀਂ ਦਿਖਾ ਸਕੇ। ਅਤੇ ਆਹ ਦੇਖੋ ਇੱਧਰ, ਇਹ ਸਾਰੀ ਬਰਫ ਇਹ ਥੱਲੇ ਸੀਗੀ, ਆਹ ਜਿਹੜੀ ਆਹ ਪਹਾੜ ਦੇ ਪਿਛਲੇ ਪਾਸੇ ਬੈਕ ਸਾਈਡ, ਇੱਥੇ ਸਾਨੂੰ ਧੁੱਪ ਮਿਲੀ ਆ, ਅਤੇ ਅਸੀਂ 2 ਮਿੰਟ ਵੀਡੀਓ ਬਣਾਉਣ ਲੱਗੇ ਹਾਂ। ਅਤੇ ਆਹ ਦੇਖੋ ਪਿੱਛੇ ਜੋਜੀਲਾ ਟੋਪ, ਅਤੇ ਦੇਖੋ ਇੱਧਰੋਂ ਵਿਊ ਦੇਖੋ, ਅੱਗੇ ਦੇਖੋ ਆ, ਜਦੋਂ ਇਸ ਰਸਤੇ ਅੱਗੇ ਅਸੀਂ ਜਾਣਾ, ਅਤੇ ਆਹ ਦੇਖੋ ਥੱਲੇ ਥੱਲੇ ਤੱਕ ਪੂਰੀ ਬਰਫ ਪਈ ਆ। ਅਤੇ ਦੋਸਤੋ 11,600 ਫੁੱਟ ਦੀ ਉਚਾਈ 'ਤੇ ਜੋਜੀਲਾ ਟੋਪ ਆ। ਚਲੋ ਫਿਰ ਮਿਲਦੇ ਹਾਂ ਅੱਗੇ, ਉਹ ਰਿਹਾ ਸਾਡਾ ਰਸਤਾ ਜੋ ਦਿਸ ਰਿਹਾ ਤੁਹਾਨੂੰ ਸੜਕ ਦੇ, ਉਹ ਰਸਤੇ ਅਸੀਂ ਨੀਚੇ ਉਤਰ ਉਤਰ ਕੇ ਫਿਰ ਸੋਨਮਾਰਗ ਪਹੁੰਚਦੇ ਹਾਂ। ਦੋਸਤੋ ਲੱਦਾਖ ਦਾ ਜੋਜੀਲਾ ਪਾਸ ਲਾਸਟ ਕਰੋਸ ਕਰਨ 'ਤੇ ਅਸੀਂ ਪਹੁੰਚ ਗਏ ਹਾਂ ਕਸ਼ਮੀਰ ਦੀਆਂ ਹਸੀਨ ਵਾਦੀਆਂ ਦੇ ਵਿੱਚ। ਇੱਥੇ ਸੂਰਜ ਛਿਪ ਰਿਹਾ ਸੀ ਅਤੇ ਮਾਹੌਲ ਬਹੁਤ ਹੀ ਵਧੀਆ ਸੀ ਅਤੇ ਠੰਡਾ ਠੰਡਾ ਮੌਸਮ ਸੀ। ਅਤੇ ਇਹ ਨਦੀ ਆ ਜੋ ਸੋਨਮਾਰਗ ਤੋਂ ਅੱਗੇ ਜਾਂਦੀ ਆ ਆਉਂਦੀ ਲੱਦਾਖ ਵਾਲੇ ਪਾਸੋਂ। ਇੱਧਰ ਦੇਖੋ ਘੋੜੇ ਵੀ ਨਦੀ ਦੇ ਕਿਨਾਰੇ ਕਿਨਾਰੇ 'ਤੇ ਚੱਲ ਰਹੇ ਨੇ। ਨਦੀ ਦਾ ਪਾਣੀ ਤਾਂ ਇਸ ਟਾਈਮ ਇੰਨਾ ਸਾਫ਼ ਨਹੀਂ, ਅਤੇ ਪਹਾੜਾਂ ਦਾ ਵਿਊ ਬਹੁਤ ਸੁੰਦਰ ਆ। ਇੱਥੇ ਕੁਛ ਟੈਂਟ ਲੱਗੇ ਸੀ ਅਤੇ ਅਸੀਂ ਸੋਚਿਆ ਅਤੇ ਆਪਾਂ ਵੀ ਕੈਂਪਿੰਗ ਇੱਥੇ ਕੀਤੀ ਜਾਵੇ। ਦੋਸਤੋ ਇਹ ਗਰਾਊਂਡ ਉਹ ਆ, ਇੱਥੋਂ 3 ਕਿਲੋਮੀਟਰ ਅੱਗੇ ਪਹਿਲਗਾਮ ਸਿਟੀ ਰਹਿ ਜਾਂਦਾ। ਹਾਂਜੀ ਦੋਸਤੋ, ਅਸੀਂ ਪਹੁੰਚ ਗਏ ਸੀ ਕਸ਼ਮੀਰ ਦੇ ਵਿੱਚ ਸੋਨਮਾਰਗ, ਸੋਨਮਾਰਗ ਸਿਟੀ ਦੇ ਵਿੱਚ ਪਹੁੰਚ ਗਏ ਹਾਂ। ਅਤੇ ਇੱਧਰ ਦੇਖੋ ਆ ਬਰਫ਼, ਇੱਥੇ ਆਹ ਨਦੀ ਦੇਖੋ ਪੂਰੇ ਜ਼ੋਰਾਂ ਨਾਲ ਚੱਲਦੀ ਪਈ ਆ, ਨਦੀ ਦੇ ਵਿੱਚ ਪਾਣੀ ਬਹੁਤ ਘੱਟ ਆ। ਅਤੇ ਉੱਧਰ ਦੇਖੋ ਸੂਰਜ, ਸੂਰਜ ਡੁੱਬਣ ਲੱਗਿਆ, ਅਤੇ ਵਿਊ ਬਹੁਤ ਐਂਡ ਦਾ ਲਵਾਤੀ ਆ। ਅਤੇ ਹੋਰ ਦੱਸ, ਅੱਜ ਅਸੀਂ ਤਾਂ ਹੁਣ ਪਹੁੰਚੇ ਹਾਂ ਟੈਂਟ ਲਾ ਕੇ, ਅਤੇ ਸੁਬਹਾ ਫਿਰ ਕਰਦੇ ਹਾਂ ਗੱਲਬਾਤ, ਜਾਂ ਸ਼ਾਮ ਨੂੰ ਖਾਣਾ ਖੁਣਾ ਬਣਾਉਣ ਲੱਗੇ ਉਹਨੂੰ ਗੱਲਬਾਤ ਕਰਦੇ। ਉੱਧਰ ਥੋੜ੍ਹੀ ਵਾਰ ਵੂਰ ਇੱਧਰ ਵੀ ਹੈਗੀ ਆ ਪਹਾੜਾਂ ਦੇ ਉੱਤੇ, ਪਰ ਇਸ ਟਾਈਮ ਇੰਨੀ ਨਹੀਂ ਹੈਗੀ ਜਿੰਨੀ ਲੱਦਾਖ 'ਚ ਸੀਗੀ, ਲੱਦਾਖ ਤਾਂ ਬਹੁਤ ਜ਼ਿਆਦਾ ਸੀ। ਇੱਥੇ ਟੈਂਟ ਲਾਉਣ ਲੱਗੇ ਹਾਂ, ਖੜ੍ਹਾ ਆਪਣਾ ਬਾਈਕ। ਹਾਂਜੀ ਗੁੱਡ ਮੋਰਨਿੰਗ ਦੋਸਤੋ, ਅੱਜ ਇੱਕ ਨਵੀਂ ਸਵੇਰ 'ਤੇ ਤੁਹਾਡਾ ਸਵਾਗਤ ਹੈ। ਮੈਂ ਮੋਹਿਤ, ਤੁਸੀਂ ਦੇਖ ਰਹੇ ਹੋ BBK ਵਲੌਗ। ਰਾਤ ਜਿੱਦਾਂ ਕਿ ਦੱਸਿਆ ਸੀ ਤੁਹਾਨੂੰ, ਅਸੀਂ ਪਹੁੰਚ ਗਏ ਸੀ ਕਸ਼ਮੀਰ ਦੇ ਵਿੱਚ ਸੋਨਮਾਰਗ, ਜੋ ਕਿ ਅਮਰਨਾਥ ਬਾਬਾ ਦੀ ਜਗ੍ਹਾ ਤੋਂ ਥੋੜ੍ਹਾ ਜਿਹਾ ਅੱਗੇ ਆ ਗਿਆ। ਇੱਥੋਂ 7-8 ਕਿਲੋਮੀਟਰ ਆ ਬਾਬਾ ਬਰਫਾਨੀ ਅਮਰਨਾਥ ਦੀ ਜਗ੍ਹਾ, ਜੋ ਕਿ ਅਜੇ ਬੰਦ ਆ, ਉੱਥੇ ਜਾ ਨਹੀਂ ਸਕਦੇ। ਤਾਂ ਦੇਖੋ ਇੱਧਰ ਪਿੱਛੇ ਟ੍ਰੈਫਿਕ, ਟ੍ਰੈਫਿਕ ਬਹੁਤ ਜ਼ਿਆਦਾ ਸੀ ਰਾਤ, ਟ੍ਰੈਫਿਕ ਦੇ ਵਿੱਚ ਦੀ ਹੋ ਕੇ ਇੱਥੇ ਟੈਂਟ ਲਾਇਆ ਸੀ, ਆ ਖੜ੍ਹੇ ਆ ਅਸੀਂ। ਹੁਣ ਅਸੀਂ ਅੱਗੇ ਚੱਲਣ ਲੱਗੇ ਹਾਂ, ਅੱਗੇ ਚੱਲਦੇ ਹਾਂ ਅਸੀਂ ਗੁਲਮਾਰਗ ਤੋਂ ਹੋ ਕੇ ਸ਼ਾਇਦ ਸ਼੍ਰੀਨਗਰ ਪਹੁੰਚਾਂਗੇ, ਸ਼੍ਰੀਨਗਰ ਕੋਈ ਜ਼ਿਆਦਾ ਦੂਰ ਨਹੀਂ। ਇੱਧਰ ਦੇਖੋ ਘੋੜੇ ਵੀ ਇੱਧਰ, ਪਰ ਪਹਾੜਾਂ ਦਾ ਵਿਊ ਦੇਖੋ ਬਹੁਤ ਹੀ ਸੁੰਦਰ ਨਜ਼ਾਰਾ ਹੈ। ਪਰ ਸਾਰੀ ਰਾਤ ਸੌਣ ਦੇ ਵਿੱਚ ਬਹੁਤ ਪਰੇਸ਼ਾਨੀ ਆਈ, ਦੇਖੋ ਬਹੁਤ ਲੰਬਾ ਜਾਮ, ਪਾਂ ਪੀ ਹੋਈ ਗਈ ਸਾਰੀ ਰਾਤ, ਕੋਈ ਵੀ ਚੰਗੀ ਤਰ੍ਹਾਂ ਨਹੀਂ ਸੌ ਸਕੇ। ਬਾਕੀ ਮਾਹੌਲ ਬਹੁਤ ਵਧੀਆ, ਬਸ ਓਕੇ ਆ। ਤਾਂ ਦੋਸਤੋ ਟੈਂਟ ਪੈਕਿੰਗ ਕਰ ਲੱਗੇ, ਸਾਰਾ ਸਮਾਨ ਪੈਕ ਹੋ ਗਿਆ ਆਪਣਾ, ਆਹ ਦੇਖੋ ਬੈਗ ਰੈਡੀ ਆ, ਬਾਕੀ ਇਕੱਲਾ ਟੈਂਟ ਰਹਿ ਗਿਆ ਲਾਉਣ ਵਾਲਾ।
ਬਾਕੀ ਤੁਹਾਨੂੰ ਦਿਖਾਉਂਦੇ ਹਾਂ, ਬਾਕੀ ਓਕੇ ਆ ਸਭ ਕੁਛ, ਅੱਗੇ ਚੱਲਦੇ ਹਾਂ ਫਿਰ। ਅਤੇ ਆਹ ਦੇਖੋ ਆ ਬੈਠਾ ਅੰਦਰ। ਹਾਂਜੀ ਕਿਵੇਂ ਹੋ? ਹੋ ਗਈ ਪੈਕਿੰਗ? ਹੁਣ ਕਿੱਥੇ ਚੱਲਣਾ ਆਪਾਂ ਫਿਰ? ਸ਼੍ਰੀਨਗਰ। ਹਾਂਜੀ ਦੋਸਤੋ ਸ਼੍ਰੀਨਗਰ ਚੱਲਦੇ ਹਾਂ ਆਪਾਂ। ਆਪਾਂ ਪਹੁੰਚ ਜਾਵਾਂਗੇ ਘੰਟੇ ਦੋ ਘੰਟਿਆਂ 'ਚ, ਅਤੇ ਉਸ ਤੋਂ ਅੱਗੇ ਸ਼੍ਰੀਨਗਰ ਦੇ ਵਿੱਚ ਜੋ ਕੁਛ ਵੀ ਹੈ ਕੋਈ ਵਧੀਆ ਬਹੁਤ ਕੁਛ ਵੀ ਸੁੰਦਰ ਵਿਊ ਹੈਗਾ, ਡੱਲ ਲੇਕ ਆ ਅਤੇ ਦੋ ਤਿੰਨ ਹੋਰ ਪਾਸ ਪੁੱਛੇ ਸੀ ਉਹ ਅਸੀਂ ਚੱਲਦੇ ਹਾਂ, ਦੇਖਦੇ ਹਾਂ ਫਿਰ ਕੀ ਮਾਹੌਲ ਆ। ਹਾਂ ਖੜਾ ਝੋਟਾ ਆਪਣਾ ਰੈਡੀ, ਬਾਕੀ ਥੋੜ੍ਹਾ ਸਮਾਨ ਜੋ ਖਿਲਰਿਆ ਵਿਖਰਿਆ ਆ ਇਹ ਹੋ ਜਾਣਾ, ਇੱਧਰ ਬੈਟਰੀ ਲੱਗੀ ਪਈ ਆ, ਇੱਧਰ ਭੇਡਾਂ ਆ ਗਈਆਂ। ਤਾਂ ਮਿਲਦੇ ਹਾਂ ਫਿਰ ਤੁਹਾਨੂੰ ਰਸਤੇ ਦੇ ਵਿੱਚ, ਜੇ ਕੋਈ ਵਿਊ ਆਉਂਦਾ ਤਾਂ ਦਿਖਾਉਂਦੇ। ਆਹ ਦੇਖੋ ਦੋਸਤੋ ਸਾਰੇ ਧਰਮਾਂ ਦਾ ਸਤਿਕਾਰ, ਹਿੰਦੂ ਮੁਸਲਿਮ ਸਿੱਖ ਈਸਾਈ ਸਭ ਧਰਮਾਂ ਦੇ ਧਾਰਮਿਕ ਝੰਡੇ ਲੱਗੇ ਆ ਸੋਨਮਾਰਗ ਸਿਟੀ ਦੇ ਵਿੱਚ, ਤੁਸੀਂ ਦੇਖ ਸਕਦੇ ਹੋ। ਦੋਸਤੋ ਸੋਨਮਾਰਗ ਸਿਟੀ ਕ੍ਰੋਸ ਕਰਨ ਤੋਂ ਬਾਅਦ ਇੱਕ ਵਿਊ ਸੀ ਜੋ ਤੁਸੀਂ ਦੇਖ ਰਹੇ ਹੋ, ਬਹੁਤ ਹੀ ਐਂਡ ਗੱਲਬਾਤ ਆ, ਜਿਵੇਂ ਕਿ ਆਪਾਂ ਦੇਖਦੇ ਹਾਂ ਕਸ਼ਮੀਰ ਇੱਕ ਸਵਰਗ ਆ, ਵਾਕਈ ਇੱਕ ਸਵਰਗ ਕਸ਼ਮੀਰ। ਦੇਖੋ ਚਾਰੇ ਪਾਸੇ, ਇੱਧਰ ਜੋ ਤੁਸੀਂ ਆਹ ਦੇਖ ਰਹੇ ਹੋ ਪੱਥਰਾਂ ਦੇ ਵਿੱਚ, ਇਹ ਕੈਂਪਿੰਗ ਸਾਈਟ ਪਹਿਲਾਂ ਹੀ ਲੋਕਾਂ ਨੇ ਆਪਣੇ ਆਪਣੀ ਜਗ੍ਹਾ 'ਤੇ ਪੱਥਰ ਰੱਖ ਕੇ ਜਗ੍ਹਾ ਚੌਲੀ, ਜਿਵੇਂ ਕਿ ਹੁਣ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਅਮਰਨਾਥ ਯਾਤਰਾ ਸ਼ੁਰੂ ਹੋਣੀ ਆ ਅਤੇ ਇੱਥੇ ਜਗ੍ਹਾ 'ਤੇ ਕੈਂਪਿੰਗ ਸਾਈਟ ਲੱਗਦੀ ਆ, ਇੱਧਰ ਕੁਛ ਹੋਟਲ ਹੋਮ ਸਟੇ ਵੀ ਆ, ਅਤੇ ਇਹ ਜੋ ਨਦੀ ਆ ਇਹ ਪਿੱਛੇ ਤੋਂ ਸਾਡੇ ਨਾਲ ਚੱਲਦੀ ਆ ਰਹੀ ਆ ਲੱਦਾਖ ਵਾਲੇ ਪਾਸਿਓਂ, ਅਤੇ ਅੱਗੇ ਸ਼ਾਇਦ ਇਹ ਆਪਣੇ ਪੰਜਾਬ ਦੇ ਵਿੱਚ ਦੀ ਹੋ ਕੇ ਪਾਕਿਸਤਾਨ ਕ੍ਰੋਸ ਹੁੰਦੀ ਆ, ਇੰਨਾ ਕਨਫਰਮ ਨਹੀਂ ਆਈਡੀਆ, ਮੈਂ ਪੁੱਛਿਆ ਸੀ ਉੱਥੇ ਕਿਸੇ ਤੋਂ ਉਹਨਾਂ ਨੇ ਦੱਸਿਆ ਵੀ, ਮੈਂ ਇੰਨਾ ਕਨਫਰਮ ਨਹੀਂ ਗਿਆ ਮੈਨੂੰ ਲੱਗਦਾ। ਦੋਸਤੋ ਦੇਖੋ ਚਾਰੇ ਪਾਸੇ ਗ੍ਰੀਨਰੀ ਅਤੇ ਸਿਰਾ ਗੱਲਬਾਤ ਆ, ਮਾਹੌਲ ਤੁਸੀਂ ਲਓ ਵਿਊ ਦੇ ਨਜ਼ਾਰੇ, ਅਤੇ ਅਸੀਂ ਕਰਦੇ ਹਾਂ ਰਾਈਡ, ਅਤੇ ਨਾਲੇ ਰਾਈਡ ਕਰਦੇ ਕਰਦੇ ਤੁਹਾਡੇ ਨਾਲ ਗੱਲਾਂ ਕਰਦੇ ਹਾਂ। ਦੇਖੋ ਕੁਛ ਸ਼ਰਾਰਤੀ ਜਦੋਂ ਪੱਥਰ ਸੁੱਟ ਕੇ ਪਰਲੇ ਪਾਸੇ ਪਤਾ ਨਹੀਂ ਕਿਹਦੇ ਪੱਥਰ ਮਾਰਦੇ ਪਏ ਆ। ਦੋਸਤੋ ਇੱਧਰ ਕਸ਼ਮੀਰ ਵਾਲਾ ਰੋਡ ਆ ਜੋ NH1 ਦਿੱਲੀ ਤੋਂ ਕਸ਼ਮੀਰ ਜਾਂਦਾ ਫੁੱਲ, ਇਹ ਪੂਰਾ ਵਧੀਆ ਰੋਡ ਬਣਿਆ ਹੋਇਆ। ਲੱਦਾਖ ਵਾਲੇ ਪਾਸੇ ਤਾਂ ਜਿਵੇਂ ਤੁਸੀਂ ਦੇਖਿਆ ਉੱਧਰ ਕੁਛ ਪਾਸੇ ਰੋਡ ਸੀ ਕੁਛ ਨਹੀਂ ਸੀ, ਪਰ ਇੱਧਰ ਦੇਖੋ ਇਹ ਸਿਰਾ ਹੀ ਆ ਕੁਛ, ਮਾਹੌਲ ਵੀ ਸੜਕਾਂ ਵੀ ਅਤੇ ਗ੍ਰੀਨਰੀ ਵੀ ਅਤੇ ਐਂਡ ਗੱਲਬਾਤ ਆ। ਹਾਂਜੀ ਦੋਸਤੋ ਅਸੀਂ ਸ਼੍ਰੀਨਗਰ ਪਹੁੰਚ ਗਏ, ਸ਼੍ਰੀਨਗਰ ਡੱਲ ਲੇਕ, ਅਤੇ ਤੁਸੀਂ ਦੇਖਦੇ ਪਏ ਸਾਹਮਣੇ ਡੱਲ ਲੇਕ ਆ ਗਈ, ਦੇਖੋ ਡੱਲ ਲੇਕ। ਸਾਨੂੰ ਤਾਂ ਕੁਛ ਇੱਦਾਂ ਦੀ ਕੋਈ ਗੱਲਬਾਤ ਲੱਗੀ ਨਹੀਂ ਗੀ, ਜਿਵੇਂ ਕੋਈ ਇੱਥੇ ਕੋਈ ਟੂਰਿਸਟ ਵੀ ਹੈ ਨਹੀਂ ਇੰਨਾ ਵੀ ਕੋਈ ਖਾਸ ਵੀ ਹੈ ਨਹੀਂ ਗਾ, ਬਸ ਨੋਰਮਲ ਜਿਹਾ ਹੀ ਹੈਗਾ। ਗਰਮੀ ਬਹੁਤ ਆ ਜੀ ਉੱਥੇ ਲੱਦਾਖ ਤਾਂ ਜੀ ਵਧੀਆ ਸੀਗੇ, ਉੱਥੇ ਟੂਰਿਸਟ ਵੀ ਵਧੀਆ ਸੀ, ਲੇਹ 'ਚ ਵੀ ਵਧੀਆ, ਸੋਨਮਾਰਗ ਜਿੱਥੇ ਕਿਉਂਕਿ ਉੱਥੇ ਵੀ ਠੰਡ ਸੀ, ਇੱਥੇ ਤਾਂ ਉਹਨਾਂ ਦੇ ਕੱਪੜੇ ਲਾ ਤੇ ਇਹਨਾਂ ਤੋਂ ਵੀ ਲਾਉਣ ਨੂੰ ਗਰਮੀ ਆਉਂਦੀ ਪਈ ਆ। ਦੇਖੋ ਇੱਧਰ ਹੈ ਤਾਂ ਬਹੁਤ ਲੰਬੀ ਆ, ਪਰ ਇਹ ਤਾਂ 5-5 ਹਜ਼ਾਰ ਰੁਪਇਆ ਊਂ ਮੰਗਦੇ ਹੈਗੇ। ਦੇਖੋ ਇੱਧਰ ਪਲੇਨ ਏਰੀਏ 'ਚ ਹੀ ਆ ਜ਼ਿਆਦਾਤਰ, ਕੋਈ ਇੰਨੀ ਟੂਰਿਸਟ ਵੀ ਹੈ ਨਹੀਂ, ਕੋਈ ਰੌਣਕ ਵੀ ਹੈ ਨਹੀਂ ਜਿਵੇਂ ਕਹਿ ਸਕਦੇ ਹਾਂ। ਓਕੇ ਆ, ਬਸ ਦਿਲ ਨਹੀਂ ਕਰਦਾ ਇੱਥੇ ਰੁਕਣ ਨੂੰ, ਅਤੇ ਤਾਂ ਹੀ ਜੀ ਕਰਦਾ ਜੀ ਭੱਜ ਗਏ ਬਸ। ਵੈਸੇ ਸੁੰਦਰ ਦਾ ਵਿਊ ਬਹੁਤ ਆ, ਇੱਧਰ ਦੁਕਾਨਾਂ 'ਤੇ ਵਿਕਦੇ ਪਏ ਆ ਛੱਲੇ। ਹਾਂ ਖੜਾ ਜੀ ਆਪਣਾ ਮੋਟਰਸਾਈਕਲ, ਅਤੇ ਕੋਈ ਦੇਖੋ ਇਹ ਲੈਂਦੇ ਪਏ ਝੂਟੇ 1000-1500 ਇੰਨੇ ਮੰਗਦੇ ਆ, ਕੋਈ ਉਹ ਵੀ ਹੈ ਨਹੀਂ ਵੀ ਜਾਂ ਘੱਟ ਆ ਜਾਂ
1500-1800 ਐ ਮੰਗਦੇ ਇਹਨਾਂ ਦੇ ਛੱਡੇ ਵੇ ਆ। ਕੋਈ ਵੀ ਮੇਰਾ ਵੀਰ ਇੱਥੇ ਆਵੇ ਤਾਂ ਸਿੱਧਾ ਡਾਇਰੈਕਟ ਗੱਲ ਕਰੇ, ਆਹ ਜਿਹੜੇ ਪੁੱਛਦੇ ਫਿਰਦੇ ਇਹਨਾਂ ਦੇ ਚੱਕਰਾਂ 'ਚ ਨਾ ਪਾਓ। ਅਤੇ ਸਿੱਧਾ ਕਿਸ਼ਤੀ ਵਾਲਾ ਤਾਂ 200-300 'ਚ ਵੀ ਜਾ ਵੜਦਾ, ਅਤੇ ਇਹ ਮੈਂ ਕਹਿੰਦੇ 1500 ਰੁਪਈਆ, 1200-1200 ਵੀ ਆਪ ਹੀ ਬਣਾਉਣ ਨੂੰ ਫਿਰਦੇ ਆ। ਉਹ ਮੇਰੇ ਦੋਸਤੋ ਚੱਲਦੇ ਹਾਂ ਫਿਰ, ਇੱਥੇ ਕੋਈ ਗੱਲਬਾਤ ਲੱਗੀ ਨਹੀਂ ਕੋਈ ਇੱਦਾਂ ਦੀ ਕੋਈ ਚੰਗੀ, ਫਿਰ ਅਸੀਂ ਮਿਲਦੇ ਹਾਂ ਫੁੱਲ ਮਾਰ ਕੇ ਰੁਕਾਂਗੇ, ਉੱਥੇ ਦੇਖਦੇ ਹਾਂ ਕੀ ਮਾਹੌਲ ਆ। ਕਸ਼ਮੀਰ ਤਾਂ ਵੈਸੇ ਚਲੋ ਠੀਕ ਆ, ਵਧੀਆ ਆਪਦੀ ਜਗ੍ਹਾ 'ਤੇ, ਪਰ ਵਾਹੀ ਚੀਜ਼ ਆ ਇੱਥੇ ਦੇਖ ਲਓ, ਕੋਈ ਰੌਣਕ ਨਹੀਂ, ਕੋਈ ਕੁਛ ਨਹੀਂ, ਸੁੰਨ ਸੁਣਾ ਪਈ ਆ। ਦੇਖੋ ਇੰਨੀ ਗਰਮੀ ਆ, ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਗਰਮੀ ਦਾ ਕਿੰਨੀ ਹੋਊਗੀ।